ਮਲੋਟ ਅਤੇ ਲੰਬੀ ਦੇ ਹਲਕੇ ਵਿੱਚ ਪੂਰੇ ਪੰਜਾਬ ਦੀ ਨਜ਼ਰ ਟਿਕੀ ਹੋਈ ਹੈ ਇਹਨਾਂ ਹਲਕਿਆਂ ਦੀਆਂ ਏਵੀਐਮ ਮਸ਼ੀਨਾਂ ਦੀ ਨਿਗਰਾਨੀ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਨੇ ਪੁਲਿਸ ਅਤੇ ਸੀਆਰਪੀਐਫ ਦੀਆਂ ਟੁਕੜੀਆਂ ਦੇ ਵੱਲੋਂ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਬੇਸ਼ੱਕ ਪੁਲਿਸ ਦੇ ਵੱਲੋਂ ਇਹਨਾਂ ਏਵੀਐਮ ਮਸ਼ੀਨਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਦੇ ਨਾਲ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਆਪਣੇ ਤੌਰ ਤੇ ਬਾਹਰ ਟੈਂਟ ਲਗਾ ਕੇ ਆਪਣੇ ਕੈਮਰੇ ਲਗਾ ਕੇ ਪੂਰੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਜਿੱਦਾਂ ਕੀ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦਿੱਤੀਆਂ ਗਈਆਂ ਸੀ ਸਾਨੂੰ ਤੇ ਜਿਹੜੇ ਵੀ ਸਾਡੇ ਆਰਓ ਮੈਨੂਅਲ ਦੇ ਹਿਸਾਬ ਨਾਲ ਆਪਾਂ ਸਾਰੀਆਂ ਹਦਾਇਤਾਂ ਦਾ ਪਾਲਣਾ ਕੀਤੀ ਹੈ 3 ਟਾਇਰ ਸਕਿਉਰਿਟੀ ਹੈਗੀ ਜਿੱਥੇ ਹਲਕਾ ਮਲੂਟ ਦੇ ਆਪਾਂ ਈਵੀਐਮਸ ਰੱਖੇ ਆ ਇੱਕ ਸੀਆਰਸੀ ਕਲਬ ਬਲੈਕ ਰੂਜ਼ ਦੀ ਬਿਲਡਿੰਗ ਪੁਰਾਣੀ ਸੀਗੀ ਉਸ ਬਿਲਡਿੰਗ ਦੇ ਅੰਦਰ ਆਪਾਂ ਸਟਰੋਂਗ ਰੂਮ ਬਣਾਇਆ ਜਿੱਥੇ 3 ਟਾਇਰ ਸਕਿਉਰਿਟੀ ਹੈਗੀ ਹੈ ਇਨਰ ਪੈਰੀਮੀਟਰ ਬੀਐਸਐਫ ਦਾ ਹੈਗਾ ਮਿਡਲ ਪੈਰੀਮੀਟਰ ਐਸ ਪਰ ਦਾ ਰੂਲਸ ਪੀਏਪੀ ਦਾ ਹੈਗਾ ਤੇ ਬਾਹਰਲੇ ਗੇਟਾਂ ਤੇ ਲੱਗੀ ਹੋਈ ਹੈ ਆਪਣੀ ਪੰਜਾਬ ਪੁਲਿਸ ਜਿਹੜੀ ਡਿਸਟ੍ਰਿਕਟ ਕੋਸਟ ਸਟਾਨੇਟ ਦੀ ਕਿਹ ਕਿਸ ਤਰ੍ਹਾਂ ਦੀ ਡਿਊਟੀ ਤਬਦੀਲੀ ਹੁੰਦੀ ਹੈ ਤੇ ਕਿੰਨੇ ਕਿੰਨੇ ਸਮੇਂ ਤਰ ਬਾਅਦ ਉਹ ਡਿਊਟੀ ਇਹਨਾਂ ਦੀ ਡਿਊਟੀ 12-12 ਘੰਟੇ ਬਾਅਦ 8-8 ਘੰਟੇ ਬਾਅਦ ਡਿਪੈਂਡ ਕਰਦਾ ਹੈ ਵੈਸੇ ਤੇ ਬੀਐਸਐਫ ਦੀ ਡਿਊਟੀ 8-8 ਘੰਟੇ ਬਾਅਦ ਚੇਂਜ ਹੁੰਦੀ ਹੈ ਤੇ ਪੰਜਾਬ ਪੁਲਿਸ ਦੀ 12-12 ਘੰਟੇ ਵੀ ਰਹਿੰਦੀ ਹੈ ਕੋਈ ਪਾਰਟੀ ਵਾਲੇ ਵੀ ਆਉਂਦੇ ਬੱਟੇ ਤੇ ਜਿਹੜਾ ਆਪਣੀ ਆਊਟਰ ਪੈਰਾਮੀਟਰ ਦੇ ਬਾਹਰ ਕਈ ਪਾਰਟੀ ਦੇ ਨੁਮਾਇੰਦੇ ਬਾਹਰ ਬੈਠ ਕੇ ਵੌਲੰਟੀਅਰ ਸੁਦੀ ਦੇਖ ਰਹੇ ਦੇਖ ਰੇ ਕਰ ਰਹੇ ਉਹਨਾਂ ਨੇ ਆਪਣਾ ਕੈਮਰਾ ਵੀ ਲਗਾਇਆ ਹੋਇਆ ਹੈ ਤੇ ਜਿਹੜੀ ਸਾਡੀ ਕੈਮਰੇ ਦੀ ਸੀਸੀਟੀਵੀ ਦੀ ਸਕਰੀਨ ਹੈਗੀ ਦੇ ਕੈਨ ਡਾਇਰੈਕਟਲੀ ਵਾਚ ਫਰਮ ਆਊਟਸਾਈਡ ਆਲਸੋ ਐਂਡ ਉਹਨਾਂ ਦੇ ਜਿਹੜੇ ਇਲੈਕਸ਼ਨ ਏਜੰਟ ਹੈ ਐਸ ਪਰ ਦਾ ਨੋਰਮਸ ਆਫ ਇਲੈਕਸ਼ਨ ਕਮਿਸ਼ਨ ਉਹ ਕਿਸੇ ਵੀ ਵੇਲੇ ਅੰਦਰ ਜਾ ਕੇ ਆਪਣਾ ਆਈ ਕਾਰਡ ਦਿਖਾ ਕੇ ਐਂਟਰ ਕਰਕੇ ਤੇ ਬਾਹਰੋਂ ਪੈਰਾਮੀਟਰ ਦੇ ਬਾਹਰੋਂ ਬਾਹਰ ਜਿਹੜੀ ਸਕਰੀਨ ਲੱਗੀ ਉਹਨੂੰ ਚੈੱਕ ਕਰਕੇ ਸਟਰੋਂਗ ਰੂਮ ਦੇ ਦਰਵਾਜ਼ੇ ਨੂੰ ਜਦੋਂ ਮਰਜ਼ੀ ਚੈੱਕ ਕਰ ਪਾਰਟੀ ਜਦੋਂ ਵੀ ਆਪਣੀਆਂ ਚੋਣਾਂ ਖਤਮ ਹੋਈਆਂ ਸੀਗੀਆਂ ਸਾਨੂੰ ਉਸੇ ਰਾਤ ਇਹ ਹਲਾਇਤ ਆਗਈ ਸੀ ਪਾਰਟੀ ਕਰਨੀ ਉਹ ਵੀ ਅਸੀਂ ਪਾਰਟੀ ਦੀ ਜਿਹੜੀਆਂ EVM ਮਸ਼ੀਨਾਂ ਪੋਲਿੰਗ ਬੂਥਾਂ ਤੋਂ ਲਿਆ ਕੇ ਜਿਹੜੇ ਸਟਰੋਂਗ ਰੂਮ ਚ ਜਮਾ ਹੋਣੀਆਂ ਉਹਨਾਂ ਦੀਆਂ ਸੀਲਾਂ ਲਵਾ ਕੇ ਉਸ ਤੋਂ ਪ੍ਰੋਪਰ ਜਿੰਨਾ ਚਿਰ ਇਹਨਾਂ ਦੀ ਗਿਣਤੀ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਦੀ ਰੱਖੀ ਕਰਨੀ ਹੈ ਕਿਉਂਕਿ ਦੇਸ਼ ਦੇ ਹਾਲਾਤਾਂ ਦੇ ਮੁਤਾਬਕ ਜਿਹੜੀਆਂ ਹੈਗੀਆਂ ਪੂੰਜੀਵਾਦ ਉਹ ਕੁਝ ਵੀ ਹਰਕਤ ਕਰ ਸਕਦਾ ਕਿਉਂਕਿ ਇਹਨਾਂ ਦੋਵਾਂ ਪਾਰਟੀਆਂ ਨੂੰ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਐ ਲੱਗ ਰਿਹਾ ਵੀ ਹੁਣ ਇੱਕ ਆਮ ਆਦਮੀ ਜਾਗ ਚੁੱਕਾ ਹੈ ਤੇ ਇਹਨੂੰ ਸਤਾ ਦੇ ਵਿੱਚ ਆਉਣ ਤੋਂ ਰੋਕਣ ਵਾਸਤੇ ਕੋਈ ਵੀ ਹਰਕਤ ਕਰ ਸਕਦਾ ਤੇ ਆਵਰੇ ਪੈਸੇ ਦੀ ਤਾਕਤ ਨਾਲ ਜਾਂ ਸੈਂਟਰਲ ਦੀ ਤਾਕਤ ਨਾਲ ਕੁਝ ਵੀ ਕਰਕੇ ਸਾਨੂੰ ਇੱਕ ਹੈਗਾ ਵੀ ਹੋ ਸਕਦਾ ਵੀ ਜਿਹੜੀ ਲੋਕਤੰਤਰ ਦਾ ਘਾਣ ਹੋ ਜੇ ਤੇ ਲੋਕਾਂ ਦੀ ਜਿਹੜੀ ਆਵਾਜ਼ ਨੂੰ ਇਹ ਬਦਲ ਸਕਦੇ ਆਪਣੇ ਗਲਤ ਦਿਮਾਗ ਦੇ ਨਾਲ ਗਲਤ ਸੋਚ ਦੇ ਨਾਲ ਕਿੰਨੇ ਦਾ ਪ੍ਰਬੰਧ ਕੀਤੇ ਤੁਸੀਂ ਅਸੀਂ ਜੀ ਸਾਹਮਣੇ ਸਾਡੇ ਸਟਰੋਂਗ ਰੂਮ ਹੈ ਜਿੱਥੇ ਮਸ਼ੀਨਾਂ ਪਈਆਂ ਉਹਦੇ ਨਾਲ ਅਸੀਂ ਪ੍ਰਸ਼ਾਸਨ ਦੇ ਨਾਲ ਉਹਨਾਂ ਨੂੰ ਪਹਿਲਾਂ ਲਿਖ ਕੇ ਦਿੱਤਾ ਵੀ ਅਸੀਂ ਨਾਲ ਹੀ ਰਾਖੀ ਕਰਨੀ ਉਹਨਾਂ ਨੇ ਸਾਨੂੰ ਟੈਂਟ ਲਾਉਣ ਦੀ ਇਜਾਜ਼ਤ ਦਿੱਤੀ ਅਸੀਂ ਸਾਹਮਣੇ ਉਹਨਾਂ ਦੇ ਬਿਲਕੁਲ ਬੈਠੇ ਆਂ ਸੀਸੀਟੀਵੀ ਕੈਮਰੇ ਲਾਏ ਹੋਏ ਆ ਉਹਨਾਂ ਦਾ ਜਿਹੜਾ ਪੂਰਾ ਸਟਰੌਂਗ ਰੂਮ ਹੈ ਜਾਂ ਉਹਨਾਂ ਦੇ ਜਿਹੜੇ ਰਸਤੇ ਆ ਉਹ ਸਾਨੂੰ ਅਸੀਂ ਇੱਥੇ ਬੈਠੇ ਉਹਨਾਂ ਦੀ ਪੂਰੀ ਨਿਗਰਾਨੀ ਰੱਖਦੇ ਆਂ ਕੋਈ ਵੀ ਜਿਹੜਾ ਬੰਦਾ ਅੰਦਰ ਆਉਣ ਜਾਣ ਵਾਲਾ ਉਹਦਾ ਵੇਖਦੇ ਆਂ ਵੀ ਕੌਣ ਆ ਕੌਣ ਨਹੀਂ ਆ ਲੋ ਇਹ ਜਿਵੇਂ ਆਸ ਦੀ ਯੂਵੀ ਪਾਰਟੀ ਦਾ ਹਦੇਸ਼ ਆ ਵੀ ਅਸੀਂ ਇਹ ਰਾਖੀ ਜ਼ਰੂਰ ਕਰਨੀ ਹੈ ਸਾਡੇ ਰਾਖੀ ਕਰਨ ਦੇ ਨਾਲ ਜਿਹੜੇ ਉੱਥੇ ਪ੍ਰਸ਼ਾਸਨ ਦੇ ਜਿਹੜੇ ਮੁਲਾਜ਼ਮ ਉਹਨਾਂ ਦਾ ਵੀ ਹੌਸਲੇ ਵਧੇ ਆ ਕੋਈ ਵੀ ਸਿਆਸੀ ਉਹਨਾਂ ਤੇ ਦਬਾ ਨਹੀਂ ਪੈਂਦਾ ਕੋਈ ਵੀ ਵੱਡਾ ਅਫਸਰ ਆ ਕੇ ਉਹਨਾਂ ਤੇ ਦਬਾ ਨਹੀਂ ਪਾ ਸਕਦਾ ਵੀ ਤੁਸੀਂ ਸਾਡੀ ਮਰਜ਼ੀ ਕਰੋ ਉਹਨਾਂ ਨੂੰ ਹੌਸਲੇ ਵੀ ਬਾਹਰ ਜਿਹੜੇ ਪਾਰਟੀ ਵਾਲੇ ਬੈਠੇ ਆ ਸਾਡੇ ਤੇ ਕਿਸੇ ਦਾ ਕੋਈ ਦਬਾਅ ਨਹੀਂ ਪਾਊਗਾ ਗਿੱਦੜਵਾਹ ਤੋਂ ਸੋਨੀ ਡੱਲਾ ਦੀ ਰਿਪੋਰਟ ਪਹਰੇ ਦਾ ਟੀਵੀ